Hello guys, welcome back to my channel Be Optimistic Girls. I hope you all are doing great. Today I'm here with all speaking September to December 2020 ladies cue card sample answer, and in my previous video I provided you sample answer for the cue card which was based on a country where you would like to work for a short time. If you haven't watched that video, then you can get the link in description box. And if you are new to my channel, please subscribe my channel and press the bell icon so that you can get immediate notification regarding my videos upload. And must press the like button if you find my videos interesting as well as useful. And don't forget to share my videos with your friends as well. So let's dive into today's concept without wasting your precious time right now. So guys, our today's topic is describe a family you like and happy to know about. This is based on the present tense, and this we have to describe a particular family to whom we like and happy to know. Our bullet points are who they are, where they live, how you know them and why you like them, right? Like ਇਹਦੇ ਚ ਆਪਾਂ ਇੱਕ ਫੈਮਿਲੀ ਬਾਰੇ ਦੱਸਣਾ ਜਿਹਨੂੰ ਆਪਾਂ ਪਸੰਦ ਕਰਦੇ ਹਾਂ ਅਤੇ ਉਹਦੇ ਬਾਰੇ ਜਾਣ ਕੇ ਆਪਾਂ ਨੂੰ ਖੁਸ਼ੀ ਹੋਈ। ਲਾਈਕ ਦੱਸਣਾ ਕੌਣ ਨੇ, ਉਹ ਕਿੱਥੇ ਰਹਿੰਦੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ ਅਤੇ ਤੁਸੀਂ ਉਹਨਾਂ ਨੂੰ ਕਿਉਂ ਲਾਈਕ ਕਰਦੇ ਹੋ, ਰਾਈਟ? ਐਂਡ ਦਿਸ ਯੂ ਕੈਨ ਟਾਕ ਅਬਾਊਟ ਫੈਮਿਲੀ ਆਫ ਯੋਰ ਫਰੈਂਡ, ਯੋਰ ਫਾਦਰਸ ਫਰੈਂਡ ਔਰ ਐਨੀ ਆਫ ਯੋਰ ਰਿਲੇਟਿਵ ਔਰ ਈਵਨ ਐਨੀ ਆਫ ਯੋਰ ਸੈਲੀਬ੍ਰਿਟੀ। ਸੋ ਲੈਟਸ ਹੈਵ ਅ ਲੁੱਕ ਇਟ ਮਾਈਂਡ ਸੈਂਪਲ ਆਨਸਰ। Well, the family is a divine and priceless gift by God to the living beings which always stand beside them through the thick and thin. Divine means godlike. Through the thick and thin is an idiom that means in good and bad time. ki jehdi family a eh like godlike or priceless ek anmol gift a rab vallo living beings nu jehda ki like ਜਿਹੜੀ ਕਿ ਉਹਨਾਂ ਦੇ ਲਾਈਕ ਚੰਗੇ ਅਤੇ ਮਾੜੇ ਟਾਈਮ 'ਤੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ। ਹੈਰ ਆਮ ਗੋਇੰਗ ਟੂ ਟੋਕ ਅਬਾਊਟ ਅ ਫੈਮਿਲੀ ਵਿੱਚ ਆਈ ਰੀਅਲੀ ਐਡਮਾਇਰ। ਐਡਮਾਇਰ ਮੀਨਸ ਪ੍ਰੇਜ਼। ਇੱਥੇ ਮੈਂ ਇੱਕ ਉਹ ਫੈਮਿਲੀ ਦੀ ਗੱਲ ਕਰਨ ਜਾ ਰਹੀ ਹਾਂ ਜਿਹਨੂੰ ਮੈਂ ਬਹੁਤ ਪ੍ਰੇਜ਼ ਕਰਦੀ, ਜਿਹਨੂੰ ਮੈਂ ਐਡਮਾਇਰ ਕਰਦੀ ਹਾਂ, ਮੀਨਸ ਜਿਹਨੂੰ ਮੈਂ ਲਾਈਕ ਕਰਦੀ ਹਾਂ। ਦਿਸ ਫੈਮਿਲੀ ਰਿਜ਼ਾਈਡਸ ਇਨ ਵਿਲੇਜ ਨੇਮ ਸੰਗਤਪੁਰਾ ਆਫ ਮੋਗਾ ਡਿਸਟ੍ਰਿਕਟ ਇਨ ਪੰਜਾਬ। ਰਿਜ਼ਾਈਡਸ ਮੀਨਸ ਲਿਵ। ਐਂਡ ਜਿਹੜੀ ਫੈਮਿਲੀ ਆ ਇਹ ਲਾਈਕ ਸੰਗਤਪੁਰਾ ਨਾਂ ਦੇ ਪਿੰਡ ਦੇ ਵਿੱਚ ਰਹਿੰਦੀ ਹੈ, ਮੋਗਾ ਡਿਸਟ੍ਰਿਕਟ ਦੇ ਵਿੱਚ, ਪੰਜਾਬ 'ਚ। ਆਮ ਰੀਅਲੀ ਸਟਾਰਟਡ ਟੂ ਨੋ ਅਬਾਊਟ ਦਿਸ ਫੈਮਿਲੀ ਬਿਕਾਜ਼ ਦਿਸ ਇਜ਼ ਅ ਜੁਆਇੰਟ ਫੈਮਿਲੀ ਵੇਅਰ 53 ਮੈਂਬਰਸ ਆਰ ਲਿਵਿੰਗ ਅੰਡਰ ਵਨ ਰੂਫ ਵਿਦ ਗ੍ਰੇਟ ਅਫੈਕਸ਼ਨ। ਸਟਾਰਟਡ ਮੀਨਸ ਸਰਪ੍ਰਾਈਜ਼ਡ, ਅਫੈਕਸ਼ਨ ਮੀਨਸ ਲਵ। ਕਿ ਮੈਨੂੰ ਇਹ ਫੈਮਿਲੀ ਬਾਰੇ ਜਾਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਇੱਕ ਜੁਆਇੰਟ ਫੈਮਿਲੀ ਹੈ ਜਿੱਥੇ 53 ਮੈਂਬਰਸ ਇੱਕ ਛੱਤ ਦੇ ਥੱਲੇ ਰਹਿ ਰਹੇ ਆ ਬਹੁਤ ਜ਼ਿਆਦਾ ਪਿਆਰ ਨਾਲ। ਦੇ ਬਿਲੋਂਗ ਟੂ ਦ ਸਿੱਖ ਰਿਲੀਜਨ ਐਂਡ ਵੈਲ ਕੁਆਲੀਫਾਈਡ। ਉਹ ਸਿੱਖ ਰਿਲੀਜਨ ਨੂੰ ਬਿਲੋਂਗ ਕਰਦੇ ਆ ਅਤੇ ਉਹ ਪੜ੍ਹੇ ਲਿਖੇ ਨੇ। ਐਂਡ ਦਿਸ ਫੈਮਿਲੀ 3 ਜਨਰੇਸ਼ਨਸ ਆਫ 7 ਬ੍ਰਦਰਸ ਆਰ ਲਿਵਿੰਗ ਟੁਗੈਦਰ। ਇਸ ਫੈਮਿਲੀ ਦੇ ਵਿੱਚ 7 ਲਾਈਕ ਜਿਹੜੇ ਬ੍ਰਦਰਸ ਨੇ ਉਹਨਾਂ ਦੇ 3 ਜਨਰੇਸ਼ਨਸ ਇਕੱਠੀਆਂ ਰਹਿ ਰਹੀਆਂ ਨੇ। ਆਈ ਕੇਮ ਟੂ ਨੋ ਅਬਾਊਟ ਦਿਸ ਫੈਮਿਲੀ ਲਾਸਟ ਮੰਥ ਫਰੋਮ ਸੋਸ਼ਲ ਮੀਡੀਆ ਵਨ ਆਵਰ ਸਰਫਿੰਗ ਦਾ ਇੰਟਰਨੈਟ। ਮੈਨੂੰ ਇਸ ਫੈਮਿਲੀ ਬਾਰੇ ਲਾਸਟ ਮੰਥ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜਦੋਂ ਮੈਂ ਇੰਟਰਨੈਟ ਸਰਫ ਕਰ ਰਿਹਾ ਸੀ। ਆਈ ਵਾਚਡ ਅ ਫੁੱਲ ਵੀਡੀਓ ਰਿਗਾਰਡਿੰਗ ਦਿਸ ਫੈਮਿਲੀ ਐਂਡ ਮੀਨਵਾਈਲ ਆਈ ਸੋ ਦੇ ਹਾਊਸ ਐਂਡ ਲਿਸਨ ਟੂ ਦ ਇੰਟਰਵਿਊ। ਮੈਂ ਇਸ ਫੈਮਿਲੀ ਦੇ ਰਿਗਾਰਡਿੰਗ ਫੁੱਲ ਇੰਟਰਵਿਊ ਦੇਖੀ, ਸੋਰੀ ਫੁੱਲ ਵੀਡੀਓ ਦੇਖੀ, ਅਤੇ ਉਸ ਟਾਈਮ ਦੇ ਦੌਰਾਨ ਡਿਊਰਿੰਗ ਦੈਟ ਟਾਈਮ ਮੈਂ ਉਹਨਾਂ ਦੇ ਘਰ ਵੀ ਦੇਖਿਆ ਅਤੇ ਉਹਨਾਂ ਦੀ ਇੰਟਰਵਿਊ ਵੀ ਸੁਣੀ। ਦ ਹਾਊਸ ਇਜ਼ ਐਕਸਟ੍ਰੀਮਲੀ ਸਪੇਸ਼ੀਅਸ। ਐਕਸਟ੍ਰੀਮਲੀ ਮੀਨਸ ਵੈਰੀ ਸਪੇਸ਼ੀਅਸ ਮੀਨਸ ਬਿਗ ਔਰ ਹੈਵਿੰਗ ਲੋਟ ਆਫ ਸਪੇਸ। ਕਿ ਉਹਨਾਂ ਦਾ ਜਿਹੜਾ ਘਰ ਆ ਬਹੁਤ ਜ਼ਿਆਦਾ ਵੱਡਾ, ਬਹੁਤ ਖੁੱਲ੍ਹਾ। ਐਂਡ ਦ ਮੋਸਟ ਫੈਸੀਨੇਟਿੰਗ ਥਿੰਗ ਆਫ ਦ ਹਾਊਸ ਇਜ਼ ਦ ਪ੍ਰੋਵਿਜ਼ਨ ਆਫ ਅ ਲਿਫਟ ਟੂ ਗੋ ਫਰੋਮ ਵਨ ਰੂਮ ਟੂ ਅਨਦਰ ਦੈਟ ਇਜ਼ ਯੂਜਲੀ ਸੀਨ ਇਨ ਦ ਸ਼ੋਪਿੰਗ ਮਾਲਸ ਐਂਡ ਮੈਗਾ ਕੰਪਨੀਜ਼। ਫੈਸੀਨੇਟਿੰਗ ਮੀਨਸ ਇੰਟਰਸਟਿੰਗ, ਪ੍ਰੋਵਿਜ਼ਨ ਮੀਨਸ ਅਵੇਲੇਬਿਲਿਟੀ, ਅ ਪ੍ਰੋਸੈਸ ਆਫ ਪ੍ਰੋਵਾਈਡਿੰਗ ਸਮਥਿੰਗ। ਜਿਹੜੀ ਸਭ ਤੋਂ ਇੰਟਰਸਟਿੰਗ ਚੀਜ਼ ਇਸ ਘਰ ਦੇ ਵਿੱਚ ਕਿ ਲਿਫਟ ਲੱਗੀ ਹੋਈ ਹੈ ਇੱਕ ਰੂਮ ਤੋਂ ਦੂਜੇ ਰੂਮ ਤੱਕ ਜਾਣ ਦੇ ਲਈ, ਜਿਹੜੀ ਕਿ ਯੂਜਲੀ ਮੀਨਸ ਕਾਮਨਲੀ ਜਿਹੜੀ ਕਿ ਆਮ ਤੌਰ 'ਤੇ ਸ਼ੋਪਿੰਗ ਮਾਲਸ ਜਾਂ ਫਿਰ ਵੱਡੀਆਂ ਕੰਪਨੀਆਂ ਦੇ ਵਿੱਚ ਦੇਖੀ ਜਾਂਦੀ ਹੈ। ਮੈਗਾ ਮੀਨਸ ਬਿਗ। ਆਲ ਦ ਮੈਂਬਰਸ ਹੈਵ ਮਿਊਚੁਅਲਿਟੀ, ਦੈਟਸ ਵਾਈ ਦੇ ਆਰ ਲਿਵਿੰਗ ਐਕਸਟੈਟਿਕਲੀ ਵਿਦਆਊਟ ਐਨਵੇ। ਮਿਊਚੁਅਲਿਟੀ ਮੀਨਸ ਸੈਂਸ ਆਫ ਕੋਪਰੇਸ਼ਨ ਔਰ ਸ਼ੇਅਰਿੰਗ। ਐਕਸਟੈਟਿਕਲੀ ਮੀਨਸ ਹੈਪੀਲੀ, ਐਨਵੇ ਮੀਨਸ ਜੈਲਸ।
ਜਿਹੜੇ ਇਸ ਫੈਮਿਲੀ ਦੇ ਸਾਰੇ ਮੈਂਬਰਸ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲਾਈਕ ਆਪਸ ਦੇ ਵਿੱਚ ਅੰਡਰਸਟੈਂਡਿੰਗ ਆ, ਉਹਦੇ ਕਰਕੇ ਉਹ ਬਹੁਤ ਉਹ ਹੈਪੀਲੀ ਰਹਿ ਰਹੇ ਆ ਬਿਨਾਂ ਕਿਸੇ ਜੈਲਸ ਤੋਂ, ਬਿਨਾਂ ਕਿਸੇ ਲਾਈਕ ਈਰਖਾ ਤੋਂ। ਸਰਦਾਰ ਗੁਰਮੇਲ ਸਿੰਘ ਇਜ਼ ਦਾ ਹੈਡ ਆਫ ਦਿਸ ਫੈਮਿਲੀ, ਹੂ ਇਜ਼ ਦਾ ਐਲਡੈਸਟ ਬ੍ਰਦਰ ਐਂਡ ਅ ਰਿਟਾਇਰਡ ਏਅਰਫੋਰਸ ਔਫਿਸਰ। ਜਿਹੜੇ ਸਰਦਾਰ ਗੁਰਮੇਲ ਸਿੰਘ ਇਸ ਫੈਮਿਲੀ ਦੇ ਹੈੱਡ ਨੇ, ਐਂਡ ਜਿਹੜੇ ਕਿ ਐਲਡੈਸਟ ਬ੍ਰਦਰ ਨੇ, ਸਭ ਤੋਂ ਵੱਡੇ ਬ੍ਰਦਰ ਨੇ ਅਤੇ ਏਅਰਫੋਰਸ ਰਿਟਾਇਰਡ ਏਅਰਫੋਰਸ ਔਫਿਸਰ ਨੇ। ਦਾ ਮੇਨ ਓਕਿਊਪੇਸ਼ਨ ਆਫ ਦਾ ਮੇਨ ਓਕਿਊਪੇਸ਼ਨ ਇਜ਼ ਫਾਰਮਿੰਗ, ਬਟ ਦੇ ਆਲਸੋ ਹੈਵ ਅਦਰ ਸਾਈਡ ਬਿਜ਼ਨਸ ਸੱਚ ਐਜ਼ ਅ ਪੈਟਰੋਲ ਪੰਪ ਐਂਡ ਬ੍ਰਿਕਯਾਰਡਸ। ਉਹਨਾਂ ਦਾ ਮੇਨ ਓਕਿਊਪੇਸ਼ਨ, ਮੇਨ ਉਹਨਾਂ ਦਾ ਕੰਮ ਹੈਗਾ ਫਾਰਮਿੰਗ ਆ, ਪਰ ਉਹਨਾਂ ਦੇ ਕੁਛ ਹੋਰ ਸਾਈਡ ਦੂਜੇ ਸਾਈਡ ਬਿਜ਼ਨਸ ਮੇਰੇ ਨੇ, ਜਿਵੇਂ ਕਿ ਉਹਨਾਂ ਦੇ ਪੈਟਰੋਲ ਪੰਪ ਆ ਅਤੇ ਬ੍ਰਿਕਯਾਰਡਸ ਮੀਨਜ਼ ਵੇਅਰ ਅ ਪਲੇਸ ਵੇਅਰ ਬ੍ਰਿਕਸ ਆਰ ਮੇਡ ਔਰ ਮੈਨੂਫੈਕਚਰਡ। ਇਹਨਾਂ ਦਾ ਪੈਟਰੋਲ ਪੰਪ ਆ ਅਤੇ ਇੱਕ ਇੱਟਾਂ ਲਈ ਜਿੱਥੇ ਬਣਦੀਆਂ ਨੇ ਉਹ ਭੱਠਾ ਵਾ। ਔਨ ਅ ਡੇਲੀ ਬੇਸਿਸ ਨੀਅਰ ਅਬਾਊਟ 500 ਚਪਾਤੀਜ਼ ਆਰ ਮੇਡ ਇਨ ਦਾ ਹਾਊਸ। ਡੇਲੀ ਬੇਸਿਸ 'ਤੇ ਉਹਨਾਂ ਦੇ ਘਰ ਨੀਅਰ ਅਬਾਊਟ 500 ਰੋਟੀਆਂ ਬਣਦੀਆਂ ਨੇ। ਆਲ ਦਾ ਹਾਊਸ ਹੋਲਡ ਚੋਰਸ ਆਰ ਡਿਸਟ੍ਰੀਬਿਊਟਡ ਅਮੰਗ ਦਾ ਫੀਮੇਲਸ ਆਫ ਦਿਸ ਹਾਊਸ ਐਂਡ ਦੈਨ ਦੇ ਡੂ ਟਰਨ ਵਾਈਸ। ਜਿਹੜੀਆਂ ਹਾਊਸ ਹੋਲਡ ਚੋਰਸ ਨੇ, ਮੀਨਜ਼ ਜਿਹੜੇ ਹਾਊਸ ਹੋਲਡ ਕੰਮ ਨੇ, ਹਾਊਸ ਹੋਲਡ ਚੋਰਸ ਮੀਨਜ਼ ਜਿਹੜੇ ਘਰ ਦੇ ਕੰਮ ਨੇ, ਉਹ ਫੀਮੇਲਸ ਆ ਜਿਹੜੀਆਂ ਇਹਨਾਂ ਇਸ ਘਰ ਦੀਆਂ ਉਹਨਾਂ ਵਿੱਚ ਡਿਸਟ੍ਰੀਬਿਊਟ ਕੀਤੇ ਜਾਂਦੇ ਆ, ਸ਼ੇਅਰ ਡਿਸਟ੍ਰੀਬਿਊਟ ਮੀਨਜ਼ ਵੰਡੇ ਜਾਂਦੇ ਆ, ਐਂਡ ਉਹ ਆਪਣੇ ਕੰਮ ਟਰਨ ਵਾਈਸ ਕਰਦੀਆਂ ਨੇ। ਔਨ ਦਾ ਵਨ ਆਫ ਦਾ ਸਨ ਇਨ ਲਾਅ ਮੈਂਸ਼ਨਡ ਐਂਡ ਦਾ ਇੰਟਰਵਿਊ ਦੈਟ ਵੈਨ ਹੀ ਪਲੈਨਸ ਟੂ ਵਿਜ਼ਿਟ ਹਿਸ ਇਨ ਲਾਅਸ ਫੈਮਿਲੀ, ਹੀ ਫੀਲਸ ਲਾਈਕ ਅ ਡੋਗ ਵਿਦ ਟੂ ਟੇਲਸ ਐਜ਼ ਹੀ ਇਜ਼ ਗੋਇੰਗ ਟੂ ਅਟੈਂਡ ਅ ਸਪੈਸ਼ਲ ਈਵੈਂਟ। Feels like a dog with two tails is an idiom that means to be very happy as well as excited. ਕਿ ਉਹਨਾਂ ਦੇ ਇੱਕ ਸਨ-ਇਨ-ਲਾਅ ਮੀਨਸ ਉਹਨਾਂ ਦੇ ਲਾਈਕ ਜਵਾਈ ਨੇ ਨਾ ਇੱਕ ਇੰਟਰਵਿਊ ਇਸ ਇੰਟਰਵਿਊ ਤੋਂ ਮੈਂਸ਼ਨ ਵਿੱਚ ਮੈਂਸ਼ਨ ਕੀਤਾ ਕਿ ਜਦੋਂ ਉਹ ਇਸ ਲਾਈਕ ਆਪਣੇ ਇਸ ਲਾਈਕ ਇਨ-ਲਾਅਸ ਫੈਮਿਲੀ ਦੇ ਵਿੱਚ ਆਉਣ ਦਾ ਪਲਾਨ ਬਣਾਉਂਦਾ ਤਾਂ ਉਹ ਬਹੁਤ ਖੁਸ਼ ਅਤੇ ਐਕਸਾਈਟਡ ਹੁੰਦਾ, ਕਿਉਂਕਿ ਉਹਨੂੰ ਐਂ ਲੱਗਦਾ ਜਿਵੇਂ ਕਿ ਉਹ ਸਪੈਸ਼ਲ ਈਵੈਂਟ ਅਟੈਂਡ ਕਰਨ ਜਾ ਰਿਹਾ। ਬਿਕੋਜ਼ ਇਨ ਦਾ ਕੰਪਨੀ ਆਫ ਸੋ ਮੈਨੀ ਮੈਂਬਰਸ ਹੀ ਹੈਜ਼ ਅ ਵੇਲ ਆਫ a time and he doesn't ever feel monotonous, kyunki like inne janeyan di inne members di company de vich have a veil of time is an idiom that means have very good time or to have lot of fun, right? Ki monotonous means bore, ki inne jane di company de vich oh bahut zyada enjoy karde hai te unna da time bahut vadhiya lagda te oh kade vi bore feel nahi karde. They are exceedingly religious and altruistic. ਉਹ ਬਹੁਤ ਜ਼ਿਆਦਾ ਹੀ ਰਿਲੀਜੀਅਸ ਨੇ। ਅਲਟਰੋਸਟਿਕ ਮੀਨਸ ਅ ਪਰਸਨ ਹੂ ਹੈਲਪ ਅਦਰਸ ਵਿਦਆਊਟ ਐਨੀ ਗਰੀਡ, ਦੂਜਿਆਂ ਦੀ ਹੈਲਪ ਕਰਦੇ ਆ ਬਿਨਾਂ ਕਿਸੇ ਗਰੀਡ ਤੋਂ। ਸੋ ਦੇ ਯੂਜਲੀ ਡੂ ਵੈਲਫੇਅਰ ਐਂਡ ਡੂ ਸਰਵਿਸ ਇਨ ਦ ਰਿਫੈਕਟਰੀ ਆਫ ਦ ਰਿਲੀਜੀਅਸ ਟੈਂਪਲਸ। ਸੋ ਉਹ ਵੈਲਫੇਅਰ ਕਰਦੇ ਆ ਮੀਨਸ ਲੋਕ ਭਲਾਈ ਕਰਦੇ ਆ, ਅਤੇ ਰਿਫੈਕਟਰੀ ਮੀਨਸ ਕਮਿਊਨਿਟੀ ਕਿਚਨ, ਕਿ ਜਿਹੜੇ ਰਿਲੀਜੀਅਸ ਟੈਂਪਲਸ ਨੇ ਉਹਨਾਂ ਦੇ ਲੰਗਰ ਹਾਲ ਦੇ ਵਿੱਚ ਸਰਵਿਸ ਕਰਦੇ ਆ। ਆਮ ਥ੍ਰਿਲ ਟੂ ਕਮ ਅਕ੍ਰੋਸ ਸੱਚ ਅ ਵੰਡਰਫੁਲ ਫੈਮਿਲੀ। ਕਮ ਅਕ੍ਰੋਸ ਇਜ਼ ਅ ਫਰੇਜ਼ ਟੂ ਫਾਈਂਡ ਔਰ ਸਰਚ I know about. Thrilled means happy. I adore this. Adore means admire because of their mutual understanding and the bonds. ਮੈਂ ਬਹੁਤ ਖੁਸ਼ ਹੋਈ ਜਦੋਂ ਇਸ ਫੈਮਿਲੀ ਇਸ ਵੰਡਰਫੁਲ ਫੈਮਿਲੀ ਬਾਰੇ ਜਾਣ ਕੇ, ਅਤੇ ਮੈਂ ਉਹਨਾਂ ਨੂੰ ਬਹੁਤ ਐਡਮਾਇਰ ਕਰਦੀ ਹਾਂ, ਉਹਨਾਂ ਦੀ ਬਹੁਤ ਮੈਂ ਪ੍ਰੇਜ਼ ਕਰਦੀ ਹਾਂ, ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ, ਉਹਨਾਂ ਦੀ ਜਿਹੜੇ ਆਪਸੀ ਜਿਹੜੀ ਉਹਨਾਂ ਦੀ ਸਮਝ ਆ ਅਤੇ ਉਹਨਾਂ ਦੀ ਜਿਹੜਾ ਰਿਸ਼ਤਾ, ਉਹਨਾਂ ਦੀ ਜਿਹੜੇ ਬੋਂਡਸ ਨੇ, ਉਹਨਾਂ ਕਰਕੇ ਮੈਂ ਉਹਨਾਂ ਨੂੰ ਬਹੁਤ ਐਡਮਾਇਰ ਕਰਦੀ ਹਾਂ। ਦਿਸ ਬਿਗੈਸਟ ਫੈਮਿਲੀ ਆਫ ਆਰ ਰੀਜ਼ਨ ਗਿਵਸ ਅ ਮੈਸੇਜ ਆਫ ਯੂਨਿਟੀ ਐਂਡ this in this materialistic era it is an this family is an epitome example for many people who don't even live in tranquility in a nuclear family. Epitome means like we can say good example or a splendid example. ki jehdi eh family hai jehdi sade area di jehdi sab to vaddi family hai wali eh like unity da message dindi hai te jehda ajj kal da materialistic era jithe log sirf paise bare sochde hai ਇਹ ਫੈਮਿਲੀ ਇੱਕ ਬਹੁਤ ਵਧੀਆ ਇਗਜ਼ਾਮਪਲ ਆ ਉਹਨਾਂ ਲੋਕਾਂ ਲਈ ਜਿਹੜੇ ਕਿ ਛੋਟੇ ਫੈਮਿਲੀ ਦੇ ਵਿੱਚ ਰਹਿ ਕੇ ਵੀ ਸ਼ਾਂਤੀ ਨਾਲ ਨਹੀਂ ਰਹਿੰਦੇ। ਸੋ ਗਾਇਜ਼, ਦਿਸ ਇਜ਼ ਆਲ ਅਬਾਊਟ ਮਾਈ ਸੈਂਪਲ ਆਨਸਰ। ਆਈ ਹੋਪ ਯੂ ਵੁੱਡ ਲਾਈਕ ਇਟ ਐਂਡ ਫਾਈਂਡ ਇਟ ਯੂਜ਼ਫੁਲ। ਸੋ ਡੋਂਟ ਫੋਰਗੇਟ ਟੂ ਪ੍ਰੈਸ ਦਾ ਲਾਈਕ ਬਟਨ। ਸੋ ਗਾਇਜ਼, ਦੈਟਸ ਆਲ ਅਬਾਊਟ ਟੂਡੇਜ਼ ਵੀਡੀਓ ਸੈਸ਼ਨ। ਆਈ ਹੋਪ ਯੂ ਫਾਈਂਡ ਇਟ ਯੂਜ਼ਫੁਲ, ਐਂਡ ਇਫ ਯੂ ਫਾਈਂਡ ਐਨੀ ਪ੍ਰੋਬਲਮ ਐਂਡ ਦਿਸ ਸੈਂਪਲ ਆਨਸਰ or any of the IELTS module, then you can let me know by typing in the comment box or by dropping a mail to my Gmail account. I would happily respond to you and try to tackle your queries as soon as possible. Thanks for watching. Stay tuned. Bye-bye.
take care, be optimistic.